ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਜੀ ਸਲਾਮ ਕਰਦੇ ਹਾਂ ਅਸੀਂ ਤੁਹਾਨੂੰ ਤੁਹਾਡੇ ਜਜ਼ਬੇ ਵਾਸਤੇ, ਇੱਕ ਸਟਰੋਂਗ ਸੋਸ਼ਲ ਐਕਟਿਵਿਸਟ ਹੋਣ ਵਾਸਤੇ, ਕਿਸਾਨੀ ਮੋਰਚਾ ਦਾ ਇੱਕ ਤਕੜਾ ਚਿਹਰਾ ਬਣਨ ਵਾਸਤੇ, ਤੇ ਆਫ ਕੋਰਸ ਮੈਮ ਇੰਨੇ ਖੂਬਸੂਰਤ ਹੋਣ ਵਾਸਤੇ। ਜੀ ਆਇਆਂ ਨੂੰ ਜੀ ਮੈਮ, ਏਦਾਂ ਹੈ ਜੀ ਕਿ ਅੱਜ ਥੋੜਾ ਜ਼ਿਆਦਾ ਵਕਤ ਨਾ ਲੈਂਦੇ ਹੋਏ ਆਪਾਂ ਥੋੜਾ ਜਿਹਾ ਫਨ ਸੈਸ਼ਨ ਕਰਨਾ ਚਾਹੁੰਦੇ ਹਾਂ ਜੀ। ਥੋੜੀਆਂ ਜਿਹੀਆਂ ਗੇਮਸ ਪਲੇ ਕਰਾਂਗੇ, ਥੋੜਾ ਜਿਹਾ ਤੁਹਾਡੇ ਨਾਲ ਅਪ ਐਂਡ ਪਰਸਨਲ ਹੋਣਾ ਚਾਹੁੰਦੇ ਹਾਂ। ਉਹ ਵੈਸੇ ਤੁਸੀਂ ਸੁਣਿਆ ਹੋਗਾ, ਕੀਪਿੰਗ ਅਪ ਵਿਦ ਕਾਰਡਾਸ਼ੀਅਨਸ, ਸੋ ਵੀ ਵਾਂਟ ਟੂ ਕੀਪ ਅਪ ਵਿਦ ਸੋਨੀਆ ਮਾਨ ਟੂਡੇ। ਤੇ ਮੈਮ ਸਭ ਤੋਂ ਪਹਿਲਾ ਕੁਐਸਚਨ ਜੋ ਕਿ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹਾਂ ਜੀ, ਉਹ ਇਹ ਹੈ ਕਿ ਕੀ ਉਹ ਇੱਕ ਚੀਜ਼ ਹੈ ਜਿਸ ਤੋਂ ਸੋਨੀਆ ਮਾਨ ਮੈਮ ਆਪ ਚਾਹੁੰਦੇ ਨੇ ਕਿ ਦੁਨੀਆ ਉਹਨਾਂ ਨੂੰ ਯਾਦ ਕਰੇ। ਵੈਸੇ ਮੈਮ ਜੇ ਗੱਲ ਹੋਵੇ ਪਿਆਰ ਦੀ, ਤੁਹਾਨੂੰ ਬਹੁਤ ਪਿਆਰ ਮਿਲਦਾ ਹੈ ਮੇਰੇ ਤੋਂ ਵੀ, ਲੋਡਸ ਆਫ ਲਵ ਟੂ ਯੂ ਮੈਮ, ਬਟ ਫਿਰ ਵੀ ਸੋਨੀਆ ਮਾਨ ਮੈਮ ਕੀ ਸੋਚਦੇ? ਚੰਗੇ ਕੰਮ ਵਾਸਤੇ, ਜੇ ਮੈਂ ਕੁਛ ਚੰਗਾ ਕਰ ਸਕਾਂ ਲੋਕਾਂ ਵਾਸਤੇ, ਜੀ ਮੈਮ ਉਹਦੇ ਵਾਸਤੇ, ਜੀ ਮੈਮ ਮੈਂ ਇਹੀ ਸੋਚਦੀ ਹਾਂ ਕਿ ਸਾਰੇ ਯਾਦ ਰੱਖਣ, ਜੇ ਮੈਂ ਕਿਸੇ ਦਾ ਕਿਸੇ ਵੀ ਪੱਖੋਂ ਭਲਾ ਕਰ ਸਕਾਂ। ਯੈਸ ਮੈਮ, ਐਬਸੋਲੂਟਲੀ। ਸੋ ਮੈਮ ਕੀ ਉਹ ਸੋਚ ਹੁੰਦੀ ਹੈ, ਮਤਲਬ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਜੀ, ਉਹ ਕੀ ਇੱਕ ਸੋਚ ਹੁੰਦੀ ਹੈ ਜਿਸ ਦੇ ਬੇਸਿਸ ਤੇ ਤੁਸੀਂ ਡਿਸਾਈਡ ਕਰਦੇ ਹੋ ਅੱਜ ਤਾਂ ਮੈਂ ਇਹ ਕਰਕੇ ਹੀ ਛੱਡਣਾ ਹੈ, ਮਤਲਬ ਉਹ ਕੀ ਉਹ ਜਜ਼ਬਾ ਹੈ? ਮੈਂ ਥੋੜਾ ਜਿਹਾ ਉਸ ਦੇ ਬਾਰੇ ਜਾਨਣਾ ਚਾਹਾਂਗੀ। ਜੇ ਮੈਂ ਕੁਛ ਥਾਨ ਲਾ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ, ਜੀ ਜਿਵੇਂ ਫਾਰਮਰ ਪ੍ਰੋਟੈਸਟ ਦੇ ਵਿੱਚ ਜੁਆਇਨ ਕੀਤਾ ਸੀਗਾ, ਔਰ ਕਿਸਾਨੀ ਬਿੱਲ ਰੱਦ ਕਰਕੇ ਹੀ ਵਾਪਸ ਆਉਣਾ ਹੈ। ਸੋ ਤੇ ਫਿਰ ਮੈਂ ਇਲੈਕਸ਼ਨ ਸਪੋਰਟ ਕਰਨ ਵਾਸਤੇ ਗਈ ਸਿਮਰਨਜੀਤ ਸਿੰਘ ਮਾਨ ਅੰਕਲ ਦੀ, ਤੇ ਮੈਂ ਉੱਥੇ ਲਗਾਤਾਰ 20-25 ਦਿਨ ਲਾਈਕ ਪਿੰਡਾਂ ਚ ਗਈ ਸੀਗੀ, ਤੇ ਉਹਦਾ ਵੀ ਇਹੀ ਸੀਗਾ ਕਿ ਮਾਨ ਸਾਹਿਬ ਨੂੰ ਜਿਤਾ ਕੇ ਹੀ ਵਾਪਸ ਆਉਣਾ ਹੈ। ਸੋ ਐਬਸੋਲਿਊਟਲੀ ਕਰਦੀ ਹਾਂ, ਉਹ ਮੈਨੂੰ ਲੱਗਦਾ ਹੈ ਕਿ ਉਸ ਚੀਜ਼ ਨੂੰ ਪੂਰਾ ਕਰਕੇ ਵਾਪਸ ਆਵਾਂ। ਅਮੇਜ਼ਿੰਗ, ਸਲਾਮ ਮੈਮ, ਸਲਾਮ। ਦੇਸ਼ਭਗਤ ਰੇਡੀਓ ਤੁਹਾਨੂੰ ਸਲਾਮ ਕਰਦਾ ਮੈਮ ਤੁਹਾਡੇ ਜਜ਼ਬੇ ਵਾਸਤੇ। ਤੇ ਮੈਮ ਇੱਕ ਛੋਟਾ ਜਿਹਾ ਹੋਰ ਕੁਐਸਚਨ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਜੀ, ਜੇ ਮੈਂ ਸੋਨੀਆ ਮਾਨ ਮੈਮ ਨੂੰ ਪੁੱਛਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਮਤਲਬ ਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਕੀ ਸਭ ਤੋਂ ਇੰਟਰਸਟਿੰਗ ਚੀਜ਼ ਹੋਈ ਹੈ ਜੋ ਕਿ ਉਹ ਆਪਦੇ ਲਿਸਨਰਸ ਨਾਲ, ਵਿਊਅਰਸ ਨਾਲ ਸ਼ੇਅਰ ਕਰਨਾ ਚਾਹਣਗੇ, ਉਹ ਕੀ ਹੋਊਗੀ? ਮਤਲਬ ਕੁਝ ਵੀ ਇੰਟਰਸਟਿੰਗ ਜਾਂ ਕੁਝ ਵੀ ਮਜ਼ੇਦਾਰ ਚੀਜ਼ ਜੋ ਤੁਹਾਡੀ ਇਸ ਪਿਛਲੇ ਹਫ਼ਤੇ ਦੇ ਵਿੱਚ ਹੋਈ ਹੈ, ਮੈਂ ਉਹ ਜ਼ਰੂਰ ਜਾਨਣਾ ਚਾਹਾਂਗੀ। ਬੇਸਿਕਲੀ ਤੁਹਾਡਾ ਆਪਾਂ ਤੁਹਾਡੀ ਵਾਈਬ ਨੂੰ ਆਪਾਂ ਇੱਥੇ ਪਕੜਨਾ ਚਾਹੁੰਦੇ ਹਾਂ ਕਿ ਕਿੰਨੀ ਪੋਜ਼ਿਟਿਵ ਵਾਈਬ ਹੈ ਤੁਹਾਡੀ, ਤੇ ਉਸ ਵਾਈਬ ਨੂੰ ਆਪਾਂ ਆਪਦੇ ਵਿੱਚ ਵੀ ਮਤਲਬ ਲੈ ਕੇ ਆਣਾ ਚਾਹੁੰਦੇ। ਬੇਸਿਕਲੀ ਪਿਛਲੇ ਹਫ਼ਤੇ ਤੇ ਮਜ਼ੇਦਾਰ ਤਾਂ ਨਹੀਂ, ਮੇਰੇ ਨਾਲ ਮੈਂ ਕਹਿੰਦੀ ਹਾਂ ਕਿ ਦੁੱਖ ਭਰੀ ਇੱਕ ਘਟਨਾ ਹੋਈ ਹੈ, ਕਿਉਂਕਿ ਸਾਡੇ ਕਿਸਾਨ ਅੰਦੋਲਨ ਦੇ ਬਹੁਤ ਵਧੀਆ ਸਪੋਰਟਰ ਔਰ ਮੇਰੇ ਨਾਲ ਕਿਸਾਨ ਮਤਲਬ ਸਿਮਰਨਜੀਤ ਸਿੰਘ ਮਾਨ ਨੂੰ ਵੀ ਸਪੋਰਟ ਕਰ ਰਹੇ ਸੀਗੇ, ਸਾਡੇ ਬਹੁਤ ਜਹੇਤੇ ਮੈਂ ਕਹਿ ਸਕਦੀ ਹਾਂ, ਸਾਡੇ ਫਿਲਮੀ ਐਕਟਰ, ਭਾਵੇਂ ਸਾਡੇ ਦੋਵਾਂ ਦੇ ਮੱਤ ਵਿਚਾਰਕ, ਬਟ ਸਾਡੀ ਕੋਈ, ਮੈਨੂੰ ਬਹੁਤ ਦੁੱਖ ਲੱਗਾ ਔਰ ਠੇਸ ਪਹੁੰਚੀ ਉਹਨਾਂ ਦੇ ਜਾਨ 'ਤੇ, ਉਹਨਾਂ ਦਾ ਕਾਰ ਐਕਸੀਡੈਂਟ ਦੇ ਵਿੱਚ ਹੋ ਗਿਆ, ਜਿਹਦੇ ਨਾਲ ਇਹ ਕਾਫੀ ਸਾਰੇ ਲੋਕਾਂ ਦੇ ਦਿਲ ਦੇ ਉੱਤੇ ਧੱਕਾ ਲੱਗਾ। ਸੋ ਪਿਛਲੇ ਹਫ਼ਤੇ ਤੇ ਇਹ ਮਤਲਬ ਮੈਂ ਫੇਸ ਕੀਤਾ, ਆਈ ਵਾਜ਼ ਡਿਸਟਰਬਡ, ਸੋ ਐਂਡ ਆਈ ਵਾਜ਼ ਬਿਜ਼ੀ ਵਿਦ ਕਿਸਾਨ ਅੰਦੋਲਨ ਥਿੰਗ ਐਂਡ ਦਿਸ ਸਿਮਰਨਜੀਤ ਸਿੰਘ ਮਾਨ ਸਿਲੈਕਸ਼ਨ। ਸੋ ਦੀਪ ਸਿੱਧੂ ਚਲੇ ਗਿਆ ਸਾਨੂੰ ਛੱਡ ਕੇ, ਉਹਦਾ ਮੈਨੂੰ ਇੱਕ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ, ਉਹ ਹਫ਼ਤਾ ਮੇਰਾ ਇਸੇ ਤਰੀਕੇ ਦੇ ਨਾਲ ਗਿਆ। ਜੀ ਮੈਮ, ਤੁਸੀਂ ਕਿੱਦਾਂ ਆਪਣੇ ਆਪ ਨੂੰ ਕੰਪੋਜ਼ ਕਰਕੇ ਸੋਚਿਆ ਕਿ ਨਹੀਂ, ਦ ਲਾਈਫ ਹੈਜ਼ ਟੂ ਗੋ ਔਨ ਐਂਡ ਮੈਂ ਅੱਗੇ ਪੋਜ਼ਿਟਿਵ ਤਰੀਕੇ ਨਾਲ ਦੀਪ ਸਿੱਧੂ ਜੀ ਦਾ ਮੈਸੇਜ ਅੱਗੇ ਵਧਾਉਂਦੇ ਜਾਣਾ? ਮੈਨੂੰ ਇਹ ਲੱਗਦਾ ਕਿ ਜਿਹੜੀ ਵੀ ਭਾਵਨਾ ਦੇ ਨਾਲ ਤੁਸੀਂ ਸਮਾਜ ਸੇਵਾ ਕਰਨ ਵਾਸਤੇ ਤੁਰੇ ਹੋ, ਔਰ ਜਿਹੜੇ ਵੀ ਇੱਕ ਸਹੀ ਏਜੰਡਾਸ ਨੂੰ ਲੈ ਕੇ ਤੁਸੀਂ ਅੱਗੇ ਨਿਕਲੇ ਹੋ, ਭਾਵੇਂ ਮੇਰੇ ਨਾਲ ਕੰਮ ਹੋ ਜੇ, ਬਟ ਮੈਂ ਇਹੀ ਚਾਹੂੰਗੀ ਕਿ ਜਿਹੜੇ ਮੇਰੇ ਟੀਮ ਮੈਂਬਰਸ ਨੇ ਉਹਨਾਂ ਨੂੰ ਕੰਟੀਨਿਊ ਕਰਨਾ ਚਾਹੀਦਾ, ਔਰ ਉਹਨਾਂ ਨੂੰ ਇੱਕ ਪੋਜ਼ਿਟਿਵ ਵਾਈਬ ਨਾਲ ਅੱਗੇ ਵਧਣਾ ਚਾਹੀਦਾ ਆ, ਔਰ ਉਸ ਏਜੰਡਾਸ ਨੂੰ ਪੂਰਾ ਪੋਜ਼ਿਟਿਵਿਟੀ ਦੇ ਨਾਲ, ਔਰ ਮਤਲਬ ਉਹਨਾਂ ਨੂੰ ਇਹ ਕਰਕੇ ਜ਼ਿਆਦਾ ਦੁਖੀ ਨਹੀਂ ਹੋਣਾ ਚਾਹੀਦਾ। ਬੇਸਿਕਲੀ ਉਹਨਾਂ ਨੂੰ ਜੋ ਅਸੀਂ ਇਕੱਠੇ ਸਾਰੇ ਮਿਲ ਕੇ ਚੱਲੇ ਸੀਗੇ ਇੱਕ ਏਜੰਡਾ ਨੂੰ ਲੈ ਕੇ, ਉਹਨੂੰ ਇੱਕ ਹੋਰ ਮਜ਼ਬੂਤੀ ਦੇ ਨਾਲ ਅੱਗੇ ਵੱਧ ਕੇ ਉਸ ਚੀਜ਼ ਨੂੰ ਪੂਰਾ ਕਰਨਾ ਚਾਹੀਦਾ। ਐਬਸੋਲਿਊਟਲੀ ਮੈਮ, ਐਬਸੋਲਿਊਟਲੀ। ਤੇ ਇੱਕ ਸੋਨੀਆ ਮਾਨ ਮੈਮ ਤੋਂ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ, ਉਹ ਇਹ ਹੈ ਕਿ ਜੇ ਸੋਨੀਆ ਮਾਨ ਮੈਮ ਅੱਜ ਜਾਣੇ ਮਾਨੇ ਐਕਟ੍ਰੈਸ ਨੇ, ਪਰ ਜੇ ਤੁਸੀਂ ਐਕਟ੍ਰੈਸ ਨਾ ਹੁੰਦੇ ਤਾਂ ਕੀ ਹੋਣਾ ਸੀ? ਮਤਲਬ
ਇਫ ਨਾਟ ਐਕਟ੍ਰੈਸ ਤਾਂ ਕੀ ਹੋਣਾ ਸੀ? ਮੈਂ ਜੀ ਜਾਂ ਤੇ ਮੈਂ ਆਰਮੀ ਆਫਿਸਰ ਹੋਣਾ ਸੀਗਾ ਜਾਂ ਮੈਂ ਲਾਇਰ ਹੋਣਾ ਸੀਗਾ ਔਰ ਸੋਸ਼ਲ ਐਕਟਿਵਿਸਟ ਹੋਣਾ ਸੀ। ਅਰੇ ਵਾਹ ਅਰੇ ਵਾਹ ਅਰੇ ਵਾਹ। ਅਬ ਮੈਮ ਇੱਕ ਗਾਣਾ ਯਾਦ ਆ ਗਿਆ, तुम हुस्न परी तुम जाने जहां, तुम सबसे हसी तुम सबसे जवान। सोनिया मान जी दा खूबसूरती दा राज की है मैम, चाहे वो गल होवे मेंटली खूबसूरत होंदी या गल होवे फिजिकली खूबसूरत होंदी, तुसी किदे किदा आपदे आप नु एक खूबसूरती दे वल आपदे आप नु दिनों दिन वधांदे रहंदे? ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਅੰਦਰੋਂ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ ਔਰ ਪੋਜ਼ਿਟਿਵ ਰਹਿਣ ਇਹ ਤੁਹਾਡਾ ਪਾਠ ਕਰਨਾ ਬਹੁਤ ਜ਼ਰੂਰੀ ਹੈ। ਐਂਡ ਕਿਉਂਕਿ ਮੈਂ ਆ ਨਹੀਂ ਕਹਿੰਦੀ ਵੀ ਪਾਠ ਸਾਰੇ ਕਹਿਣਗੇ ਆ ਬਹੁਤ ਆਦਮਿਕ ਆ, ਮੈਂ ਕਹਿੰਦੀ ਇੱਕ ਪੋਜ਼ਿਟਿਵਿਟੀ ਅਟਰੈਕਟ ਕਰਨ ਵਾਸਤੇ, ਕਿਉਂਕਿ ਜਦੋਂ ਤੁਸੀਂ ਮੂੰਹ ਦੇ ਵਿੱਚੋਂ ਇੱਕ ਚੰਗੀਆਂ ਗੱਲਾਂ ਜਾਂ ਚੰਗੀ ਬਾਣੀ ਕੱਢਦੇ ਹੋ ਤਾਂ ਤੁਹਾਡੇ ਆਲੇ ਦੁਆਲੇ ਔਰਾ ਕ੍ਰੀਏਟ ਹੋ ਜਾਂਦਾ ਹੈ ਪੋਜ਼ਿਟਿਵਿਟੀ ਦਾ। ਜੀ ਮੈਂ ਪਾਠ ਕਰਦੀ ਹਾਂ ਔਰ ਉਹ ਬਹੁਤ ਇੰਪੋਰਟੈਂਟ ਆ। ਕਿਆ ਬਾਤ ਹੈ ਮੈਮ। ਵੈਸੇ ਤੁਸੀਂ ਬਿਲਕੁਲ ਸਿਰਾ ਗੱਲ ਕੀਤੀ, ਕਿਉਂਕਿ ਜੇ ਰੱਬ ਨੂੰ ਯਾਦ ਕਰ ਲਿਆ ਤਾਂ ਮਤਲਬ ਰੱਬ ਨੇ ਹੀ ਸਾਰੇ ਕੰਮ ਕਰ ਲੈਣੇ। ਉਹ ਕਹਿੰਦੇ ਨਾ ਰੱਬ ਨੂੰ ਯਾਦ ਕਰੋ ਤੇ ਰੱਬ ਨੇ ਸਾਰੇ ਕਾਰਜ ਕਰਦੇ ਨੇ, ਬਿਲਕੁਲ ਹਰੇ ਕੰਮ। ਆਈ ਬਿਲੀਵ ਕਿ ਪੋਜ਼ਿਟਿਵਿਟੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਔਰ ਪੋਜ਼ਿਟਿਵ ਵਾਈਬਸ ਯੂਨੀਵਰਸ ਦੇ ਵਿੱਚ ਭੇਜਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਤੁਹਾਡੇ ਕੋਲ ਵਾਪਸ ਆਉਂਦੀਆਂ ਨੇ ਔਰ ਬਾਣੀ ਦੇ ਵਿੱਚ ਵੀ ਪੋਜ਼ਿਟਿਵਿਟੀ ਹੁੰਦੀ ਹੈ ਸੋ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ। ਐਬਸੋਲਿਟਲੀ ਮੈਮ। ਮੈਮ ਇੱਕ ਛੋਟਾ ਜਿਹਾ ਮੈਸੇਜ ਮੈਂ ਲੈਣਾ ਚਾਹਾਂਗੀ। ਵੈਸੇ ਤਾਂ ਤੁਸੀਂ ਅਜਿਹੇ ਐਗਜ਼ਾਮਪਲਸ ਢੇਰ ਸਾਰੇ ਐਗਜ਼ਾਮਪਲਸ ਸੈੱਟ ਕਰਤੇ ਨੇ ਯੂਥ ਵਾਸਤੇ, ਪਰ ਫਿਰ ਵੀ ਮੈਂ ਤੁਹਾਡੇ ਮੂੰਹੋਂ ਇੱਕ ਮੈਸੇਜ ਲੈਣਾ ਚਾਹਾਂਗੀ ਟ੍ਰਾਈ ਸਿਟੀ ਵਾਸਤੇ, ਚੰਡੀਗੜ੍ਹ ਮੋਹਾਲੀ ਪੰਚਕੂਲਾ, ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਪੰਜਾਬ ਦਾ ਔਰ ਆਲ ਓਵਰ ਇੰਡੀਆ ਦਾ ਜੋ ਮਾਹੌਲ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਰੱਖਣਾ ਚਾਹੀਦਾ ਆ ਔਰ ਆਪਾਂ ਨੂੰ ਸੋਸ਼ਲ ਮੀਡੀਆ, ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਆ ਉਹ ਬਹੁਤ ਵਧੀਆ ਮਾਧਿਅਮ ਵੀ ਹੈ ਬਟ ਇਨਡਾਇਰੈਕਟਲੀ ਉਹਦੇ ਉੱਤੇ ਬਹੁਤ ਸਾਰੇ ਨਿਊਸੈਂਸ ਕ੍ਰੀਏਟ ਕਰਨ ਵਾਲੇ ਵੀ ਲੋਕੀ ਨੇ ਜਿਹੜੇ ਕਿ ਗਲਤ ਇਨਫੋਰਮੇਸ਼ਨ ਰਹਿੰਦੇ ਨੇ ਸੋ ਜਦੋਂ ਤੱਕ ਅਸੀਂ ਸਹੀ ਗੱਲਾਂ ਉਸ ਸਹੀ ਚੀਜ਼ ਦੇ ਮੁੱਦੇ ਦੇ ਰੂਟ ਲੈਵਲ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਸਾਨੂੰ ਸੋਸ਼ਲ ਮੀਡੀਆ ਦਾ ਆਪਣਾ ਸਹੀ ਇਸਤੇਮਾਲ ਕਰਨਾ ਚਾਹੀਦਾ ਆ, ਉਹਨੂੰ ਗਲਤ ਇਸਤੇਮਾਲ ਉਹਦਾ ਨਹੀਂ ਕਰਨਾ ਚਾਹੀਦਾ ਬਿਕੋਜ਼ ਇਹ ਕਾਫੀ ਹੱਦ ਤੱਕ ਕਈ ਜ਼ਿੰਦਗੀਆਂ ਦੇ ਉੱਤੇ ਅਫੈਕਟ ਕਰਦਾ ਹੈ, ਕਈ ਲੋਕਾਂ ਤੇ ਅਫੈਕਟ ਕਰਦਾ ਹੈ। ਬਾਕੀ ਸਟੂਡੈਂਟਸ ਨੂੰ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਜੋ ਵੀ ਚਾਹੋ ਤੁਸੀਂ ਕਰ ਸਕਦੇ ਹੋ, ਜਸਟ ਬੀ ਪੋਜ਼ਿਟਿਵ ਐਂਡ ਬੀ ਫੋਕਸਡ ਇਨ ਯੋਰ ਲਾਈਫ ਐਂਡ ਨਾਲ ਨਾਲ ਜਿਹੜੇ ਮੁੱਦੇ ਨੇ ਪੰਜਾਬ ਦੇ ਹੋਣ ਭਾਵੇਂ ਇੰਡੀਆ ਦੇ ਹੋਣ, ਆਪਣੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਇੱਕ ਇਮਾਨਦਾਰੀ ਦੇ ਨਾਲ ਸਹੀ ਗੱਲਾਂ ਹਮੇਸ਼ਾ ਰੱਖਿਆ ਕਰੋ ਔਰ ਓਨੈਸਟੀ ਦੇ ਨਾਲ ਮੁੱਦਿਆਂ ਨੂੰ ਚੁੱਕਿਆ ਕਰੋ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੈਂ ਇਕੱਲੀ ਹਰ ਕੁਛ ਨਹੀਂ ਕਰ ਸਕਦੀ, ਯੂ ਨੋ ਮੈਂ ਇਕੱਲੀ ਸੋਨੀਆ ਮਾਨ ਕਰਕੇ ਮੈਂ ਹਰ ਕਿਤੇ ਨਹੀਂ ਜਾ ਸਕਦੀ। ਮੈਂ ਚਾਹੁੰਦੀ ਹਾਂ ਕਿ ਹੋਰ ਵੀ ਕਿੰਨੀਆਂ ਕੁੜੀਆਂ ਅੱਗੇ ਆਉਣ, ਮਤਲਬ ਯੂਥ ਲੀਡਰਸ ਕੁੜੀਆਂ ਅੱਗੇ ਆਉਣ, ਜਿਹੜੀਆਂ ਸਟੂਡੈਂਟ ਪੋਲੀਟਿਕਸ ਦੀ ਮੈਂ ਕਹੂੰਗੀ ਸੋਸ਼ਲ ਐਕਟਿਵਿਸਟ ਵਾਂਗੂ ਅੱਗੇ ਆਉਣ ਕਿਉਂਕਿ ਆਪਾਂ ਆਪਣੇ ਜ਼ਿੰਦਗੀ 'ਚ ਬਹੁਤ ਬਿਜ਼ੀ ਰਹਿੰਦੇ ਹਾਂ ਬਟ ਆਪਾਂ ਨੂੰ ਸੋਸਾਇਟੀ ਵਾਸਤੇ ਵੀ ਕੁਛ ਕਰਨਾ ਚਾਹੀਦਾ। ਐਂਡ ਆਫ ਦੀ ਡੇ ਸਾਨੂੰ ਖੁਦ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਕੁਛ ਚੰਗਾ ਕਰ ਰਹੇ ਹਾਂ। ਗੁੱਡ ਕਰਮਾਸ ਮੈਟਰਸ ਅ ਲੋਟ ਸੋ ਪਲੀਜ਼ ਜੁਆਇਨ ਅਸ ਐਂਡ ਲਾਈਕ ਜੁਆਇਨ ਮੀ ਇਫ ਯੂ ਕੈਨ ਡੂ ਇਟ ਲਾਈਕ ਫੋਰ ਗੁੱਡ ਥਿੰਗਸ, ਲੈਟਸ ਜੁਆਇਨ ਐਂਡ ਡੂ ਸਮਥਿੰਗ ਫੋਰ ਸੋਸਾਇਟੀ ਐਂਡ ਰੇਜ਼ ਵੋਇਸ ਅਗੇਂਸਟ ਕਰਪਸ਼ਨ ਐਂਡ ਐਵਰੀਥਿੰਗ ਐਲਸ। ਥੈਂਕ ਯੂ ਸੋ ਮਚ ਮੈਮ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਗੁੱਡ ਡੇ ਮੈਮ ਐਂਡ ਲੋਡਸ ਆਫ ਲਵ ਐਂਡ ਥੈਂਕ ਯੂ ਮੈਮ, ਥੈਂਕ ਯੂ।